ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਔਨ ਰੇਡੀਓ ਸਿਟੀ ਐਂਡ ਡੀ ਐਮ ਫੋਕ ਸਟੂਡੀਓ ਵਿਦ ਜਸਵੀਰ ਜੱਸੀ। ਜਿੰਨੇ ਵੀ ਰੇਡੀਓ ਸਿਟੀ ਸੁਣਨ ਵਾਲੇ ਜਿੰਨੇ ਵੀ ਸਰੋਤੇ ਨੇ, ਬਹੁਤ ਲੱਕੀ ਹੈ ਕਿ ਆਪਕੋ ਬਿਲਕੁਲ ਪੂਰਾ ਇੱਕ ਐਸਾ ਪੰਜਾਬ ਕਾ ਫੋਕ ਜੋ ਅਨਟੱਚ ਅਭੀ ਤੱਕ ਕਿਸੇ ਨੇ ਗਾਇਆ ਨਹੀਂ ਹੈ ਨਾ ਸੁਣਾ ਰਹੇ ਹੈ, ਉਹ ਸਿਰਫ ਜੱਸੀ ਭਾਅ ਜੀ ਵੀ ਗਾ ਰਹੇ ਹੈ ਔਰ ਬਹੁਤ ਮਜ਼ਾ ਆ ਰਿਹਾ। ਜੈਸੇ ਬਾਬੂ ਸਿੰਘ ਮਾਨ ਕੀ ਮੈਂ ਬਾਤ ਕਰ ਰਿਹਾ ਹਾਂ ਜੀ, ਹਾਂ ਜੀ ਮਾਨ ਸਾਹਿਬ ਜੀ, ਕਿਆ ਲਿਖਣੇ ਵਾਲੇ ਬੰਦੇ ਹੈ ਸਰ, ਬਹੁਤ ਕਮਾਲ, ਬਹੁਤ ਕਮਾਲ। ਤੋ ਉਨਕੇ ਮੈਨੇ ਦੇਖੋ ਕੁੜੀ ਕੁੜੀ ਉਨਕਾ ਗਾਣਾ ਥਾ, ਔਰ ਕੁੜੀ ਕੁੜੀ ਜੀ ਨਿਸ਼ਾਨੀ ਪਿਆਰ ਦੀ ਉਨਕਾ ਗਾਣਾ ਥਾ। ਇੱਕ ਹਮਾਰੇ ਬਹੁਤ ਬੜੇ ਰਾਈਟਰ ਹੈ ਔਰ ਗਿੱਧਾ ਭੰਗੜਾ ਕੇ ਕੋਚ ਵੀ ਹੈ ਬਹੁਤ ਬੜੇ। ਅੱਛਾ, ਗਿੱਲ ਸੁਰਜੀਤ ਜੀ, ਹਾਂ ਨਾਮ ਬੜਾ ਸੁਣਿਆ, ਬਹੁਤ ਸੁਣਿਆ। ਹਰਦੀਪ ਕੇ ਬਹੁਤ, ਹਰਦੀਪ ਨੇ ਉਨਕੇ ਗਾਣੇ ਗਾਏ ਜੋ ਹਰਦੀਪ ਭਾਜੀ ਹੈ ਨਾ, ਉਹਨਾਂ ਨੇ ਸਾਰੇ ਗਾਣੇ ਉਨਕੇ ਗਾਏ। ਮੈਂ ਨਾਮ ਸੁਣਿਆ ਗੁਲਸੀ ਬਹੁਤ। ਤੋ ਉਨਕੇ ਪਾਸ ਮੈਂ KMV ਕਾਲਜ ਮੈਂ ਮੈਂ ਗਿਆ, ਤੋ ਜਬ ਮੈਂ ਗਿਆ ਉਸ ਟਾਈਮ ਪੇ ਵੋ ਕੁੜੀਆਂ ਗਿੱਧੇ ਵਾਲੀ ਜੋ ਥੀ ਉਹ ਗਿੱਧੇ ਕੀ ਤਿਆਰੀ ਕਰਵਾ ਰਹੇ ਨੇ, ਤੋ ਵੋ ਥੱਕ ਕੇ ਹਾਰ ਕੇ ਵਿਚਾਰੀ ਬੈਠੀ ਹੋਈ ਤੇ ਕਹਿੰਦੇ ਯਾਰ ਤੂੰ ਜੱਸੀ ਬਹੁਤ ਲੇਟ ਹੋ ਗਿਆ। ਮੈਂ ਕਿਹਾ ਭਾਅ ਜੀ ਹਾਂ ਮੈਂ ਗਿੱਧਾ ਦੇਖਣਾ ਸੀ ਯਾਰ, ਬਸ ਰਹਿ ਗਿਆ। ਤੋ ਮੈਂ ਬੋਲਿਆ ਚੱਲ ਚਲੋ ਐਸੇ ਕਰੋ, ਆਪ ਨਾ ਬੋਲੀਆਂ ਸੁਣਾ ਦਿਓ, ਆਪ ਬੋਲੀਆਂ ਕੌਣ ਸੀ ਕਰ ਰਹੇ ਹੋ, ਕੌਣ ਸੀ ਕਰ ਰਹੇ ਹੋ। ਉਹਨਾਂ ਨੇ ਬੋਲੀਆਂ ਸੁਣਾਈ ਬੈਠੇ ਬੈਠੇ ਅਸੀਂ, ਅਤੇ ਗਿੱਧਾ ਸਾਥ ਮੇਂ ਕਰਕੇ ਬੋਲੀਆਂ ਸੁਣਾਈ, ਤੋ ਉਸਮੇ ਮੈਨੇ ਸਾਰੀ ਬੋਲੀਆਂ ਜੋ ਥੀ ਉਹ ਰਿਕਾਰਡ ਕਰਵਾਈ ਜਲਦੀ ਜਲਦੀ ਘਰ ਸੇ, ਮੈਨੇ ਬੋਲਾ ਇੱਕ ਬਾਰ ਔਰ ਸੁਣਨੀ ਹੈ ਤੋ ਰਿਕਾਰਡ ਕਰ ਲਈ। ਮੈਂ ਦਿੱਲੀ ਆ ਰਿਹਾ ਤਾਂ ਬਹੁਤ ਸਾਰੀ ਬੋਲੀਆਂ ਥੀ, ਉਸਮੇ ਇੱਕ ਬੋਲੀ ਥੀ ਇਹ ਵਾਲੀ ਜੋ ਨਿਸ਼ਾਨੀ ਪਿਆਰ ਦੀ, ਮਤਲਬ ਜੈਸੇ ਨਿਸ਼ਾਨੀ ਪਿਆਰ ਦੀ ਮੇਰਾ ਹੈ, ਇਹ ਹੈ ਨਾ, ਆਲੇ ਗਾਲ ਵਿੱਚ ਪਾਲੇ ਨੀ ਗਾਨੀ ਯਾਰ ਦੀ, ਇਸਦਾ ਇੱਕ ਫੋਕ ਹੈ ਜੋ ਕੁੜੀਆਂ ਗਾਤੀ ਦੀ, ਨੀ ਇਹ ਲੰਬੜਾ ਦਾ ਮੁੰਡਾ ਨਿਸ਼ਾਨੀ ਦੇ ਗਿਆ, ਨੀ ਨਿਸ਼ਾਨੀ ਕਾਦੀ ਦਿੱਤੀ ਪਵਾੜਾ ਪਾਲਿਆ, ਨੀ ਇਹ ਲੰਬੜਾ ਦਾ ਮੁੰਡਾ ਨਿਸ਼ਾਨੀ ਦੇ ਗਿਆ, ਨੀ ਨਿਸ਼ਾਨੀ ਕਾਦੀ ਦਿੱਤੀ ਪਵਾੜਾ ਪਾਲਿਆ, ਨੀ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਕੀ ਹੋ ਗਿਆ, ਨੀ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਕੀ ਹੋ ਗਿਆ। ਇਸੇ ਮੈਨੇ ਆਲਾ ਗਾਲ ਵਿੱਚ ਪਾਲਾ ਨਿਗਾਨੀ ਯਾਰ ਦੀ, ਬਹੁਤ ਪਿਆਰਾ ਗਾਣਾ, ਬਹੁਤ ਬਹੁਤ। ਇਹ ਕੁੜੀਆਂ ਕਾ ਗਿੱਧੇ ਕਾ ਗਾਣਾ ਹੈ, ਵਾਹ ਵਾਹ, ਵਾਹ ਸੇ ਮੈਨੇ ਨਹੀਂ, ਵਾਹ ਵਾਹ ਵਾਹ। ਜੈਸੇ ਆਪਨੇ ਵੀ ਬਹੁਤ ਗਿੱਧੇ ਕੀ ਬੀਟ ਜੋ ਹੈ ਬਹੁਤ ਯੂਜ਼ ਕੀ ਹੈ, ਮਤਲਬ ਬੋਲੋ ਤਾਰਾ ਰਾਰਾ ਸੇ ਲੈ ਕੇ ਸਾਰਾ ਚੀਜ਼ ਜੋ ਹੈ ਵੋ ਗਿੱਧੇ ਕੀ ਬੀਟ ਹੈ, ਗਿੱਧੇ ਕੀ ਬੀਟ ਹੈ, ਬਟ ਬਹੁਤ ਖੂਬਸੂਰਤੀ ਸੇ ਵੀ ਆਪਨੇ ਯੂਜ਼ ਕੀ ਹੈ। ਥੈਂਕ ਯੂ, ਥੈਂਕ ਯੂ। ਮੈਂ ਕੱਲ੍ਹ ਪਰਸੋਂ ਪੰਜਾਬੀ ਭਵਨ ਗਿਆ ਸੀ, ਸੁਰਿੰਦਰ ਛਿੰਦਾ ਉਹਨਾਂ ਦਾ ਉਹ ਕਿਸ਼ਨਾ ਮੋੜ ਜਿਹੜਾ ਮੋੜ ਜਿਹੜਾ ਉਹਨੂੰ ਰਿਲੀਜ਼ ਕਰ, ਅਤੇ ਉੱਥੇ ਗਿਆ ਮੈਂ, ਲੇਟ ਪਹੁੰਚਿਆ, ਬਾਹਰ ਹੀ ਸੀਗੇ, ਬਾਹਰ ਹੀ ਮਿਲੇ ਅਸੀਂ। ਦੈਨ ਫਿਰ ਇੱਕ ਉੱਥੇ ਬੁੱਕ ਸ਼ੋਪ ਹੈਗੀ ਹੈ ਅਤੇ ਉੱਥੇ ਗਏ, ਉੱਥੋਂ ਮੈਂ ਕਮ ਸੇ ਕਮ ਵੀ ਮੇਰੇ ਕੋਲ ਪੈਸੇ ਥੋੜ੍ਹੇ ਸੀ ਕੈਸ਼, ਪਰ ਮੈਂ 2-3 ਹਜ਼ਾਰ ਦੀਆਂ ਬੁੱਕਸ ਲੈ ਕੇ ਆਇਆ। ਮਤਲਬ ਆਪ ਇਤਨਾ ਪੜ੍ਹਨ ਕੇ ਬਾਵਜੂਦ ਫਿਰ ਪੜ੍ਹ ਰਹੇ ਫਿਰ ਪੈਸੇ? ਭਾਜੀ ਮੈਂ ਤਾਂ ਮੈਨੂੰ ਲੱਗਦਾ ਕਿ ਦਿਲ ਲੈ ਗਈ ਅਗਰ ਮੇਰਾ ਨਹੀਂ ਆਤਾ ਨਾ ਤਾਂ ਮੈਂ ਬਹੁਤ ਬੜਾ ਸਕਾਲਰ ਹੋਤਾ ਸੱਚੀ। ਵਾਹ ਭਾਜੀ, ਉਹਨੂੰ ਬਣ ਜਾਓ। ਬਾਕੀ ਮੈਂ ਵੀ ਬਤਾਉਣਾ ਚਾਹੂੰ, ਅਗਰ ਆਪਣੇ ਫੋਕ ਸਿੱਖਣਾ ਹੈ ਤਾਂ ਸਭ ਪਹਿਲੇ ਆਪ ਚਾਈਨੀਜ਼ ਫੂਡ ਖਾਏ ਔਰ ਉਸਮੇ ਸਟਿਕ ਯੂਜ਼ ਮਤ ਕੀਜੀਏ, ਆਪ ਫੋਕ ਕੇ ਸਾਥ ਆਪ ਬਹੁਤ ਮਜ਼ਾ ਆਤਾ ਹੈ। ਲੈਣੇ ਕੇ ਲਈ ਜੱਸੀ ਕੇ ਘਰ ਜਾਈਏ, ਵਹਾਂ ਬੁੱਕਸ ਪੜੀ ਹੋਏਗੀ। ਫੋਕ ਕੇ ਸਾਥ ਆਪ ਖਾਏ, ਬਹੁਤ ਬਹੁਤ ਮਜ਼ਾ ਆਤਾ ਹੈ। ਜਬਕਿ ਆਪਕੇ ਡਾਕਟਰ ਨਾਰ ਸਿੰਘ ਹੈ, ਉਹਨਾਂ ਨੇ ਬਹੁਤ ਫੋਕ ਕੇ ਉੱਪਰ ਕੰਮ ਕੀਆ ਹੈ। ਪ੍ਰਭ ਸ਼ਰਨ ਜੀ ਹੈ, ਪੰਮੀ ਬਾਈ ਨੇ ਬਹੁਤ ਕੰਮ ਕੀਆ ਹੈ, ਪੰਮੀ ਬਾਈ। ਅੱਛਾ, ਪੰਮੀ ਬਾਈ ਨੇ ਫੋਕ ਕੀਆ? ਪੰਮੀ ਬਾਈ ਤੋਂ ਮੈਂ ਮਾਫੀ ਚਾਹਤਾ ਹੂੰ ਪੰਮੀ ਬਾਈ, ਮੈਂ ਸਿਰਫ ਹਰਦਮ ਇਹ ਸਮਝਤਾ ਕਿ ਆਪ ਸਿਰਫ ਕਰਤੇ ਹੈ, ਇਸਕੇ ਲਈ ਆਪ ਬਹੁਤ ਕਮਾਲ ਹੈ, ਪਰ ਮੈਂ ਮਾਫੀ ਚਾਹਤਾ ਹੂੰ ਕਿਉਂਕਿ ਪੰਮੀ ਬਾਈ ਮੇਰੀ ਉਹ ਜਗ੍ਹਾ ਨਹੀਂ ਹੈ, ਪਰ ਅਬ ਮੈਂ ਪੰਮੀ ਬਾਈ ਕੋ ਬਹੁਤ ਸੀਰੀਅਸ ਪੜੂੰਗਾ ਔਰ ਜਿਤਨੇ ਉਨਕੇ ਫੈਨਸ ਹੈ ਉਨਕੋ ਵੀ ਮੈਂ ਸੌਰੀ ਬੋਲਤਾ ਹੂੰ ਇਹ ਚੀਜ਼ ਕਰਨੇ ਕੇ ਲਈ, ਮੈਂ ਜ਼ਰੂਰ ਉਨਕੋ ਸੀਰੀਅਸ ਪੜੂੰਗਾ। ਸੱਚੀ ਬਾਈ, ਨਹੀਂ ਪਤਾ ਮੇਰਾ ਤਾਂ ਖੈਰ ਦਿਲ ਲੈ ਗਈ ਵੀ ਉਹਨਾਂ ਨੇ ਕਰਵਾਇਆ, ਮੈਨੂੰ ਚਾਂਸ ਉਹਨਾਂ ਨੇ ਦਿੱਤਾ। ਮੈਂ ਇਹ ਦੱਸਦਾ ਕਿ ਮੈਂ ਬਹੁਤ ਚੰਗੇ ਚੰਗੇ ਸ਼ਾਇਰਾਂ ਨੂੰ ਗਾਇਆ, ਜਿਹਦੇ ਵਿੱਚ ਜਿਵੇਂ ਸ਼ਿਵ ਕੁਮਾਰ ਬਟਾਲਵੀ, ਬਾਬਾ ਬੁੱਲੇ ਸ਼ਾਹ, ਗੁਰਭਜਨ ਗਿੱਲ ਔਰ ਕਈ ਐਸੇ ਸ਼ਾਇਰ ਜਿਵੇਂ ਸੰਤ ਰਾਮ ਉਦਾਸੀ, ਜਿਨ੍ਹਾਂ ਨੂੰ ਕਿਸੇ ਕਮਰਸ਼ੀਅਲ ਬੰਦੇ ਨੇ ਅੱਜ ਤੱਕ ਗਾਇਆ ਨਹੀਂ, ਬਟ ਬਹੁਤ ਵੱਡੇ ਇਨਕਲਾਬੀ ਸ਼ਾਇਰ ਭਾਅ ਜੀ ਹੋਏ। ਅੱਛਾ, ਮੈਂ ਉਹਨਾਂ ਨੂੰ ਰਿਕਾਰਡ ਕੀਤਾ ਅਤੇ ਉਹਨਾਂ ਨੇ ਨਾ ਇਨਕਲਾਬੀ ਗਾਣੇ ਗਾਏ, ਜਿਵੇਂ ਪਾਸ਼ ਦਾ ਤੁਸੀਂ ਨਾਮ ਸੁਣਿਆ ਹੈਗਾ, ਪਾਸ਼ ਬਹੁਤ ਵੱਡੇ ਇਨਕਲਾਬੀ ਸ਼ਾਇਰ ਹੋਏ, ਬਟ ਪਾਸ਼ ਜੋ ਹੈ ਉਹ ਅਰਬਨ ਲੋਕਾਂ ਦੇ ਸ਼ਾਇਰ ਸੀਗੇ ਜ਼ਿਆਦਾ। ਅੱਛਾ, ਪਰ ਇਹ ਫੋਕ ਪੇਂਡੂ ਗਾਇਕ ਵੀ ਬਹੁਤ ਅੱਛੇ ਸੀ, ਉਹਨਾਂ ਦੀਆਂ ਟੇਪ ਹੈਗੀਆਂ, ਟੇਪ ਇੱਕ ਜਿਹੜੀ ਉਹਨਾਂ ਨੇ ਕੈਸਟ ਕਰਾਈ ਸੀ ਉਹ ਯੂਟਿਊਬ 'ਤੇ ਵੀ ਹੈਗੀ ਹੈ। ਓਕੇ, ਅਤੇ ਉਹਨਾਂ ਦਾ ਮੈਂ ਇੱਕ ਗਾਣਾ ਰਿਕਾਰਡ ਕਰਾਇਆ ਅਤੇ ਮੈਂ 5-6 ਗਾਣੇ ਹੋਰ ਰਿਕਾਰਡ ਕਰਾਉਣੇ।
वो गाना है वो है, मैं हिंदी में इसलिए बोल रहा हूँ कि माँ धरतीए तेरी गोद नू चन होर बथेरे तू मगदा रही वे सूरजा कमियां दे वेड़े। उन्होंने मजदूरों के लिए, किसानों के लिए और जो कीर्ति लोग हैं उनके लिए लिखा, उनके लिए ही लिखा है। गुरु गोविंद सिंह महाराज जी की तरफ से भी उन्होंने जो लिखा है उनके लिए लिखा है। अच्छा। कि वो इनके लिए क्या सोचते थे और गुरु साहब ने कैसा, भगत सिंह ने कैसा सोचा, तो उन्होंने मजदूरों के, किसानों के लिए लिखा है। तो ये कहते हैं कि माँ धरती है तेरे लिए, माँ धरती है तेरी गोद नू चन होर बथेरे, धरती माता तेरे पास तो और चांद बहुत है, तेरे को तो जरूरत नहीं है, एक जो सूरज है तू मगदा रही वे सूरजा कमियां दे वेड़े, जो काम करने वाले लोग हैं उनके घर पे रोशनी दे। हाँ तो रोशनी दे। हाँ। वाँ वाँ वाँ। तो उसका है, मैं थोड़ा थोड़ा उसको एक्सप्लेन भी करूंगा। माँ धरती है तेरी गोद नू चन होर बथेरे, और खुशकिस्मती के ये गाना पॉपुलर भी बहुत है पंजाबी लोगों में बहुत। मतलब ऐसे ऐसे लोग भी मुझे मिले, मालवे माझे दुआबे के लोग, जो सच में 12 बार 15 बार उन्होंने अपनी सीडी में, कैसेट में भरवाया, भरा होता था एक, और मुझे खुशी होती थी इस बात। माँ धरती है तेरी गोद नू चन होर बथेरे, तू मगदा रही वे सूरजा कमियां दे वेड़े, तू मगदा रही वे सूरजा कमियां दे वेड़े। भाजी सुनना लफ्ज, जित तंग ना समझन तंगियां नू, उनको अगर तंगी होती है, घर में कोई पैसा नहीं होता या कुछ मुश्किल होती है तो उसकी परवाह नहीं करती। जित तंग ना समझन तंगियां नू, जिथे मिलने अंगूठे संगियां नू, जिथे वाल तरस दे कंगियां नू, वाल तरस दे कंगियां नू, नक वग दे अखां चुनियां ते दंद करेड़े, तू मगदा रही वे सूरजा कमियां दे वेड़े। जिथे लोग बड़े मजबूर जाए, जिथे लोग बड़े मजबूर जहे, दिल्ली दे दिल तो दूर जहे, ते भुखा विच मशहूर जहे, भुखा विच मशहूर जहे, बापू दे कर्ज दा सूद ने पुत जम दे जेड़े, तू मगदा रही वे सूरजा कमियां दे वेड़े। देखो जिथे लोग बड़े मजबूर जहे, अज दी भी हालत तुसी देख सकते हो, सही है, सही है, हमारे देश की हालत जो है हेल्पलेस है, लोग हेल्पलेसली मतलब सोचते हैं कि कौन आएगा और हमारे लिए कुछ करेगा। सही है। दिल्ली दे दिल तो दूर जाए, बहुत सारे लोग हैं दूर नहीं जा रहे भाजी, बहुत सारे लोग हैं जिन्होंने बठिंडा भी नहीं देखा, नहीं, हाँ, बिल्कुल। दिल्ली तो बहुत दूर है उनके लिए, और पुखा विच मशहूर थे, सारी दुनिया में हमारी फोटो जो खींच के लोग लगाते हैं होटलों में, आप बड़े बड़े होटलों में रहते हैं तो वहाँ जो हमारी इंडिया की फोटो होती है वो कोई बच्चा बेचारा ऐसे करके बैठा होता है, पुखा मर रहा है, तो पुखा विच मशहूर जे, बापू दे कर्ज दा सूद ने, इंटरेस्ट भी नहीं है जो अभी बच्चा जम रहा है उसने इंटरेस्ट उतारते ही मर जाना। तो ये संतराम, एक संतराम दास जी का और सुनाऊं प्लीज, उनका है नारी के ऊपर है, जो जो मतलब हेल्पलेस है उसके लिए। जमीना नी माए सानू, जमीना नी माए सानू, एहो जेहे पिंड जिथे सदरा ते संगण रवे, डिजायर सदर, जमीना नी माए सानू, एहो जेहे पिंड जिथे सदरा ते संगल रवे, जिथे मेरे वीरे दियां तत्तियां तरेड़ियां दा चप्पा टुक मुल ना पवे, नीमा
ਸਦਰਾਂ ਤੇ ਸੰਗਲ ਰਵੇ। ਕਿਉਂਕਿ ਭਾਅ ਜੀ ਹਮਨੇ ਜੋ ਪਿੰਡ ਕੀ ਜ਼ਿੰਦਗੀ ਦੇਖੀ ਹੈ ਨਾ, ਆਪ ਤੋ ਖੈਰ ਪਿੰਡ ਮੇ ਜ਼ਿਆਦਾ ਨਹੀਂ ਰਹੇ, ਪਰ ਹਮਨੇ ਹਾਲਾਤ ਮਾਲੂਮ ਪਿੰਡ ਕੇ ਮਾਲੂਮ ਜੀ, ਔਰ ਵਹਾਂ ਕੇ ਇਸਸੇ ਵੀ ਬਦਤਰ ਜੋ ਹਾਲਾਤ ਹੈ। ਜੋ ਕਹਿੰਦੇ ਹੈਗੇ ਰੋਟੀ ਲੈਣ ਗਿਆ ਵੀਰਾ ਪੂੰਜਦਾ ਹੈ ਆਉਂਦਾ ਮਾਏ, ਮੱਥੇ ਉੱਤੋਂ ਡਾਂਗਾਂ ਦਾ ਲਹੂ, ਰਾਠਾਂ ਦੀ ਹਵੇਲੀ ਵਿੱਚੋਂ ਖੁੱਸਿਆ ਸਰੀਰ ਲੈ ਕੇ ਮੁੜੀ ਮੇਰੇ ਵੀਰੇ ਦੀ ਬਹੂ, ਪੱਥਰਾਂ ਨੂੰ ਤੋੜੇ ਬਿਨਾਂ ਅੱਗ ਨਾ ਇਜਾਦ ਹੋਣੀ, ਕਿਹੜਾ ਭੋਲੇ ਬਾਪੂ ਨੂੰ ਕਵੇ ਸਦਰਾਂ ਤੇ ਸੰਗਲ ਰਵੇ। ਵਾਹ ਭਾਜੀ ਵਾਹ, ਵਾਹ ਵਾਹ ਵਾਹ, ਥੈਂਕ ਯੂ ਜਸਬੀਰ ਭਾਜੀ। ਵਾਕੇ ਬਹੁਤ ਬਹੁਤ ਗਹਿਰਾ ਕਰ ਦਿਆ, ਬਹੁਤ ਸੋਚ ਕੋ ਦੂਰ ਲੈ ਗਏ, ਬਿਲਕੁਲ ਬਿਲਕੁਲ ਗਾਂਵ ਮੇਂ ਲੈ ਗਏ, ਹਾਲਾਤੋਂ ਮੇਂ ਲੈ ਗਏ ਕਿ ਵਾਕਈ ਆਜ ਵੀ ਬਹੁਤ ਐਸਾ ਹੀ ਚੱਲ ਰਿਹਾ ਹਾਲ ਕਿ ਲੋਕ ਖਾਣੇ ਕੋ ਤਰਸਤੇ ਹੈ, ਔਰ ਵਾਕਈ ਕਈ ਲੋਕਾਂ ਨੇ ਮਤਲਬ ਆਪਣੇ ਗਾਂਵ ਸੇ ਨਿਕਲ ਕੇ ਸ਼ਹਿਰ ਤੱਕ ਨਹੀਂ ਦੇਖਾ ਹੈ, ਔਰ ਪਰ ਇੱਕ ਐਸਾ ਯਾਦਗਾਰ ਆਜ ਕਾ ਦਿਨ ਹੈ ਕਿ ਜੋ ਮੇਰੇ ਲਈ ਵੀ ਬਿਲਕੁਲ ਨਈ ਬਾਤੇ ਨਈ ਚੀਜ਼ਾਂ ਥੀ। ਮੈਂ ਬਹੁਤ ਸ਼ੁਕਰਗੁਜ਼ਾਰ ਹੂੰ ਜੱਸੀ ਭਾਅ ਜੀ ਕਾ, ਔਰ ਆਪ ਸਭ ਕਾ ਜੋ ਆਪ ਇਤਨੀ ਦੇਰ ਸੇ ਹਮਾਰੇ ਸਾਥ ਜੁੜੇ ਹੋਏ ਹੈ, ਔਰ ਫਿਰ ਕਭੀ ਫਿਰ ਦੁਬਾਰਾ ਬੈਠੇਂਗੇ ਜੱਸੀ ਭਾਅ ਜੀ ਕੇ ਸਾਥ ਹੀ, ਔਰ ਫਿਰ ਇੱਕ ਕੁਛ ਨਈ ਬਾਤੇਂ ਲੈ ਕੇ ਆਏਂਗੇ ਹਮ ਲੋਕ ਰੇਡੀਓ ਸਿਟੀ ਆਜ ਬਸ ਆਜ ਬਸ ਔਰ ਦਿਲ ਲੈ ਨਹੀਂ ਸੁਣ ਔਰ ਰੇਡੀਓ ਸਿਟੀ ਔਰ ਆਪ ਦਿਲ ਲਾਈ ਕੁੜੀ ਵੀ ਅਮਰੀਕ ਡੋਗਰਾ ਬਹੁਤ ਬਹੁਤ ਬੜੇ ਸ਼ਾਇਰ ਹੈ, ਉਨਕਾ ਵੀ ਮੈਨੇ ਇੱਕ ਗਾਣਾ ਗਾਇਆ, ਇੱਕ ਗਾਣਾ ਔਰ ਸ਼ਾਇਦ ਰਿਕਾਰਡ ਕਰੂੰਗਾ ਵੀ, ਉੱਚਾ ਹੈ ਸੁਰ ਥੋੜਾ। ਰਾਤ ਖਤ ਤੇਰੇ ਸੀਨੇ ਨਾਲ ਲਾ ਕੇ ਸੌ ਗਈ, ਰਾਤ ਖਤ ਤੇਰੇ ਸੀਨੇ ਨਾਲ ਲਾ ਕੇ ਸੌ ਗਈ, ਵੇ ਮੈਂ ਜਿੰਦ ਮਾਹੀ ਤੇਰੇ ਨਾਲ ਲਿਖਾ ਕੇ ਸੌ ਗਈ, ਵੇ ਮੈਂ ਜਿੰਦ ਮਾਹੀ ਤੇਰੇ ਨਾਲ ਲਿਖਾ ਕੇ ਸੌ ਗਈ। ਰਾਤੀ ਸੁਪਨੇ ਚ ਆ ਕੇ ਮੈਨੂੰ ਛੇੜਦਾ ਰਿਹਾ, ਖਿੱਦੋ ਵਾਂਗੂ ਮੇਰੀ ਜਿੰਦ ਨੂੰ ਉਧੇੜਦਾ ਰਿਹਾ, ਕਿਤੇ ਦੌੜ ਨਾ ਤੂੰ ਜਾਵੇ ਫੇਰ ਚਿਹਰਾ ਪਿੱਛੋਂ ਆਵੇ, ਫੇਰ ਮੈਂ ਅੱਖਾਂ ਦੀਆਂ ਕੁੰਡੀਆਂ ਚੜਾ ਕੇ ਸੌ ਗਈ, ਵੇ ਚੜਾ ਕੇ ਸੌ ਗਈ, ਵੇ ਮੈਂ ਜਿੰਦ ਮਾਹੀ ਤੇਰੇ ਨਾ ਲਿਖਾ ਕੇ ਸੌ। ਪੂਰੀ ਕਰਦਾ ਨੀ ਚੰਨ ਪੂਰੀ ਕਰਦਾ ਨੀ ਚੰਨਾ ਵੇ ਤੁਰੀ ਜਿਦਲ ਦੀ, ਇੱਕੋ ਗੱਲ ਮੇਰੇ ਦਿਲ ਨੂੰ ਹੈ ਰਹੀ ਛਿਲਦੀ, ਗੱਲ ਸੁਣੀ ਅਮਰੀ ਕਰਦੀ ਉਡੀਕ, ਵੇ ਮੈਂ ਕਿੰਨੇ ਰੱਬ ਬਾਹਾਂ ਚ ਸੁਲਾ ਕੇ ਸੌ ਗਈ, ਵੇ ਕਿੰਨੇ ਰੱਬ ਬਾਹਾਂ ਚ ਸੁਲਾ ਕੇ ਸੌ ਗਈ, ਵੇ ਮੈਂ ਜਿੰਦ ਮਾਹੀ ਤੇਰੇ ਨਾ ਲਿਖਾ ਕੇ ਸੌ ਗਈ। ਟਿੰਗਲ ਇੰਗਲ 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 ਉਮਰ ਨਿਆਣੀ ਰੋਗ ਇਸ਼ਕੇ ਦਾ ਪਾਰੀ, ਕੋਇਲਾ ਹੱਡੀਆਂ ਨੂੰ ਚੂਰ ਗਿਆ ਨੀ ਮਾਏ, ਦਿਲ ਦਾ ਮਹਿਰਮ ਦੂਰ ਗਿਆ ਨੀ ਮਾਏ, ਦਿਲ ਦਾ
ਇੱਕ ਲਾਈਨ ਹਿਮਾਚਲ ਦੀ ਗਾਣਾ ਥੋੜੀ ਪਲੀਜ਼ ਗਾਉਂਦੀ ਔਰ ਹਿਮਾਚਲ ਗਾਈਏ 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 ਫੋਕ ਕੱਪੜੇ ਧੋਵਾਂ ਕੰਨੇ ਰੋਵਾਂ ਕੁੰਜੂਆਂ ਕੱਪੜੇ ਧੋਵਾਂ ਕੰਨੇ ਰੋਵਾਂ ਕੁੰਜੂਆਂ ਵਿੱਚ ਬਟਨ ਨੇ ਸਾਨੀ ਓ ਮੇਰੀ ਏ ਜਿੰਦੇ ਵਿੱਚ ਬਟਨ ਨੇ ਸਾਨੀ ਔਰ ਥੋੜਾ ਕਿਉਂਕਿ ਮੈਂ ਪਠਾਨਕੋਟ ਦਾ ਨਾ ਭਾਜੀ ਤੇ ਹਿਮਾਚਲ ਦਾ ਬੜਾ ਪ੍ਰਭਾਵ ਹੈ ਔਰ ਜਿਵੇਂ ਮਾਏ ਨੀ ਮੇਰੀ ਜੰਮੂ ਚੰਬਾਏ ਕਿਤਨੀ ਚੰਬਾਏ ਕਿਤਨੀ ਸਿਮਲੇ ਨੀ ਬਸਣਾ ਸਪਾਟੂਏ ਨੀ ਬਸਣਾ ਸਿਮਲੇ ਨੀ ਬਸਣਾ ਸਪਾਟੂਏ ਨੀ ਬਸਣਾ ਬਸੀ ਲੈਣ ਚੰਬੇ ਜ਼ਰੂਰ ਪਠਾਨਕੋਟ ਦੋ ਪੱਤਰ ਅਨਾਰਾ ਦੇ ਜਿਹੜੇ ਮਾਈਏ ਤੋਂ ਰੇਡੀਓ ਪਾਸ ਕਰਦਾ ਹੁੰਦਾ ਸੀ ਦੀਪ ਚੰਦੀਗੜ੍ਹ ਦੋ ਪੱਤਰ ਅਨਾਰਾ ਦੇ ਵੇ ਸਾਡੀ ਗਲੀ ਲੰਘ ਮਾਇਆ ਦੁੱਖ ਟੁੱਟਣ ਬਿਮਾਰਾਂ ਦੇ ਸਾਡੀ ਗਲੀ ਲੰਘ ਮਾਇਆ ਔਰ ਜਿੱਥੋਂ ਮਿੱਟੀ ਦਾ ਬਾਵਾ ਮੈਂ ਬਣਾਉਣੀਆਂ ਨੀ ਝੱਗਾ ਪਾਉਣੀਆਂ ਨੀ ਉੱਤੇ ਦੇਣੀਆਂ ਖੇਸੀ ਨਾਰੋ ਮਿੱਟੀ ਦਿਆ ਬਾਵੇ ਆਵੇ ਤੇਰਾ ਪਿਓ ਜਦੋਂ ਗੁਲਾਮ ਅਲੀ ਸਾਹਿਬ ਔਰ ਉਹਨਾਂ ਦਾ ਮਿੱਟੀ ਦਾ ਬਾਵਾ ਕਿਉਂ ਨੀ ਬੋਲਦਾ ਨੀ ਕਿਉਂ ਨੀ ਚਾਲਦਾ ਨੀ ਕਿਉਂ ਨੀ ਭਰਦਾ ਹੁੰਗਾਰਾ ਨਾਰ ਮਿੱਟੀ ਦਿਆ ਬਾਵੇ ਆਵੇ ਤੇਰਾ ਪਿਓ ਬਣ ਜਾਰਾ ਇੱਕ ਮੁੰਡਾ ਪੰਜਾਬੀ ਜਿਹਦੇ ਨੈਣ ਸ਼ਰਾਬੀ ਇੱਕ ਮੁੰਡਾ ਪੰਜਾਬੀ ਜਿਹਦੇ ਨੈਣ ਸ਼ਰਾਬੀ ਆਈ ਲਵ ਯੂ ਆਖਦੀ ਦਿਲ ਲੱਗੀ ਕੁੜੀ ਦਿਲ ਲੱਗੀ ਕੁੜੀ ਗੁਜਰਾਤ ਦੀ ਉਹ ਦਿਲ ਲੱਗੀ ਕੁੜੀ ਪਟਿਆਲੇ ਵੇ ਉਥੋਂ ਲਿਆਵੀ ਵੇ ਉਥੋਂ ਲਿਆਵੀ ਰੇਸ਼ਮੀ ਨਾਲ ਵੇ ਅੱਧੇ ਚਿੱਟੇ ਵੇ ਅੱਧੇ ਚਿੱਟੇ ਤੇ ਅੱਧੇ ਕਾਲੇ ਵੇ ਇੱਕ ਪਲ ਬਹਿ ਜਾਣਾ ਵੇ ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਵੇ ਵੇ ਤੇਰੇ ਮਿੱਠੜੇ ਲੱਗਦੇ ਬੋਲ ਹਾਲ ਪੁੱਛੇ ਉਹਦੇ ਨਾਲ ਗੱਲ ਸਮਝ ਆਵੇ ਮੁੰਡਾ ਨੱਚ ਨੱਚ ਜਦੇ ਉਹ ਪੰਜਾਬੀ ਗੀਤ ਗਾਵੇ ਕੁੜੀ ਖਿੜ ਖਿੜ ਹੱਸੇ ਗੱਲ ਅੱਖ ਨਾਲ ਦੱਸੇ ਕੁੜੀ ਖਿੜ ਖਿੜ ਹੱਸੇ ਗੱਲ ਅੱਖ ਨਾਲ ਦੱਸੇ ਤੇ ਨਾਮ ਦੀ ਦਿਲ ਲੱਗੀ ਕੁੜੀ ਓਏ ਬਹੁਤ ਸੋਹਣਾ ਕੀਤਾ ਆਪ ਤੁਸੀਂ ਬੜੇ ਮਸਤ ਰਹੇ ਹੋ
ਮੈਂ ਦੇਖਿਆ ਇਹ ਵੀ ਬਹੁਤ ਕਮਾਲ, ਮੈਂ ਵੀ ਤੁਹਾਡਾ ਇਹ ਪਾਰਟ ਨਹੀਂ ਕਦੀ ਦੇਖਿਆ, ਮੈਂ ਵੀ ਅਗਰੈਸ਼ਨ ਵਾਲਾ ਪਾਰਟ ਹੀ ਦੇਖਿਆ ਨਾ, ਕਿਉਂਕਿ ਤੁਸੀਂ ਗਾਉਂਦੇ ਹੋ ਤਾਂ ਉਹ ਮਤਲਬ ਦੁਨੀਆ ਨੱਚਦੀ ਹੈ ਝੂਮਦੀ ਹੈ, ਇਹ ਵਾਲਾ ਪਾਰਟ ਨਹੀਂ ਮੈਂ ਕਦੀ ਦੇਖਿਆ ਕਿ ਤੁਸੀਂ ਚੀਜ਼ਾਂ ਕਢਾ ਵੀ ਸਕਦੇ ਹੋ ਰਜਤ ਸ਼ਰਮਾ ਭਾਜੀ ਵਾਂਗ। ਅਰੇ ਵਾਹ, ਔਰ ਤੁਹਾਡੀ ਰਿਸਰਚ ਵੀ ਹੈ ਇਸ ਗੱਲ ਦੀ। ਥੈਂਕ ਯੂ ਭਾਜੀ, ਬਹੁਤ ਬਹੁਤ ਅੱਛਾ ਕੀਤਾ, ਬਹੁਤ ਬਹੁਤ। ਥੈਂਕ ਯੂ ਸੋ ਮਚ ਸਰ, ਤੁਹਾਡਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ, ਬਹੁਤ ਬਹੁਤ ਥੈਂਕ ਯੂ ਮਿਊਜ਼ਿਕ ਲਵਰਸ, ਬਹੁਤ ਬਹੁਤ ਸ਼ੁਕਰੀਆ ਇੱਕ ਨਵਾਂ ਨਾਮ ਦੇਣ ਦਾ ਫੋਕ ਕਿੰਗ ਜੱਸੀ ਭਾਜੀ ਵਾਸਤੇ, ਔਰ ਇਸ ਤਰ੍ਹਾਂ ਦੇਖਦੇ ਰਹੋ ਐਂਡ ਆਲਵੇਜ਼ ਸਾਨੂੰ ਬਲੈਸ ਕਰਦੇ ਰਹੋ, ਸਾਨੂੰ ਬਲੈਸਿੰਗ ਦਿੰਦੇ ਰਹੋ ਕਿ ਸਾਡੇ ਤੋਂ ਕਦੇ ਵੀ ਕੋਈ ਬੜ ਚੜ੍ਹ ਕੋਈ ਗੱਲ ਨਾ ਹੋਵੇ, ਹਰਦਮ ਮਿਊਜ਼ਿਕ ਦੀ ਗੱਲਾਂ ਕਰੀਏ, ਔਰ ਬਸ ਅੱਛਾ ਗਾਈਏ, ਅੱਛਾ ਸੁਣਾਈਏ, ਅੱਛਾ ਸੁਣੀਏ, ਅੱਛਾ ਖਾਈਏ। ਬੜੀ ਬੜੀ ਮਿਹਰਬਾਨੀ, ਦੇਖਦੇ ਰਹੋ ਡੀਐਮ ਫੋਕ ਸਟੂਡੀਓ, ਰੇਡੀਓ ਸਿਟੀ, ਸੂਫੀ ਅੱਡਾ। ਥੈਂਕ ਯੂ ਜਸੀ ਭਾਜੀ, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਅੱਜ ਆਪਣਾ, ਬਹੁਤ ਸ਼ੁਕਰੀਆ। ਥੈਂਕ ਯੂ, ਥੈਂਕ ਯੂ, ਬਹੁਤ ਖੁਸ਼ੀ ਆਪ ਲੋਕ ਹਮਾਰੇ ਸਾਥ ਜੁੜੇ ਰਹੇ ਹੈਂ, ਔਰ ਫਿਰ ਅਗਲੀ ਵਾਰ ਬਹੁਤ ਅੱਛੀ ਸ਼ਖਸੀਅਤ ਸਾਥ ਮੁਲਾਕਾਤ ਹੋਗੀ, ਜਹਾਂ ਪੇ ਡੀਐਮ ਫੋਕ ਸਟੂਡੀਓ, ਰੇਡੀਓ ਸਿਟੀ ਐਂਡ ਸੂਫੀ ਅੱਡਾ, ਬਹੁਤ ਸਾਰੀ ਬਾਤੇਂ ਕਰੇਂਗੇ ਮਿਊਜ਼ਿਕ ਕੀ ਔਰ ਮਿਊਜ਼ਿਕ ਕੀ। ਥੈਂਕ ਯੂ।